7 ਅਕਤੂਬਰ ਨੂੰ ਅਕਾਲੀਆਂ ਅਤੇ ਕਾਂਗਰਸੀਆਂ ਵੱਲੋਂ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਨੂੰ ਲੈ ਕੇ ਜਿੱਥੇ ਕਾਂਗਰਸੀ ਬੜਕਾ ਮਾਰ ਰਹੇ ਨੇ, ਉੱਥੇ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਬਾਦਲ ਦੀ ਸਿਆਸੀ ਰੈਲੀ ਨੂੰ ਕਾਮਯਾਬ ਬਣਾਉਣ ਦੇ ਲਈ ਖੁਦ ਲੋਕਾਂ ਦੀ ਕਚਹਿਰੀ ਵਿੱਚ ਜਾ ਰਹੇ ਨੇ। ਪਟਿਆਲਾ, ਨਾਭਾ ਵਰਗੀਆਂ ਥਾਵਾਂ ਤੇ ਅਕਾਲੀ ਵਰਕਰਾਂ ਦੀ ਨਬਜ਼ ਟਟੋਲਣ ਤੋਂ ਬਾਅਦ ਹੁਣ ਵੱਡੇ ਬਾਦਲ ਸਾਹਿਬ ਰਾਜਪੁਰਾ ਪੁੱਜੇ, ਜਿਸ ਦੌਰਾਨ ਉਹਨਾਂ ਅਕਾਲੀ ਵਰਕਰਾਂ ਵਿੱਚ ਜੋਸ਼ ਭਰਨ ਦੀ ਜਾਂ ਆਵਾਜ਼ ਕੋਸ਼ਿਸ਼ ਕੀਤੀ। ਉਹਨਾਂ ਕਿਹਾ ਕਿ ਕਾਂਗਰਸ ਦੀ ਮੌਜੂਦਾ ਸਰਕਾਰ ਲੋਕ ਵਿਰੋਧੀ ਹੈ ਅਤੇ ਅਕਾਲੀ ਦਲ ਪੰਜਾਬ ਹਿਤੈਸ਼ੀ ਹੈ। ਇਸ ਮੌਕੇ ਖਾਸ ਤੇ ਅਹਿਮ ਗੱਲ ਇਹ ਰਹੀ ਕਿ ਬੇਅਦਬੀ ਮਾਮਲਿਆਂ ਵਿੱਚ ਬਾਦਲ ਪਰਿਵਾਰ ਦੀ ਸ਼ਮੂਲੀਅਤ ਦੀਆਂ ਕਿਆਸਰਾਈਆਂ ਕਾਰਨ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਕਾਰਕੁਨਾਂ ਨੇ ਬਾਦਲ ਨੂੰ ਨਾ ਸਿਰਫ ਕਾਲੀਆਂ ਝੰਡੀਆਂ ਦੇ ਦਰਸ਼ਨ ਕਰਵਾਏ, ਸਗੋਂ ਕੰਨ ਪਾੜਵੀਆਂ ਆਵਾਜ਼ਾਂ ਵਿੱਚ ਬਾਦਲ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਜੋ ਵੱਡਾ ਬਾਦਲ ਰਾਜਪੁਰੇ ਆ ਰਿਹਾ ਪਿੰਡ ਪਿੰਡ ਦੇ ਵਿੱਚ, ਉਹਨੂੰ 30 ਸਾਲ ਬਾਅਦ ਜਾਂ ਜਦੋਂ ਦੀ ਉਹਨੇ ਪਾਰੀ ਸ਼ੁਰੂ ਕੀਤੀ ਹੈ ਰਾਜਨੀਤੀ ਦੀ, ਪਹਿਲਾ ਮੌਕਾ ਹੈ ਜੋ ਪਿੰਡ ਪਿੰਡ ਦੇ ਵਿੱਚ ਜਾ ਕੇ ਲੋਕਾਂ ਕੋਲੋਂ ਇਸ ਗੱਲ ਨੂੰ ਕਹਿ ਰਿਹਾ ਲੋਕਾਂ ਨੂੰ ਕਿ ਮੰਡੂ ਜਿਹੜਾ ਉਹਦੇ ਚ ਸਾਥ ਦਿਓ ਰੈਲੀ ਚ, ਇਹ ਰੈਲੀਆਂ ਕਰਨ ਦਾ ਅਧਿਕਾਰ ਨਹੀਂ ਹੈ, ਇਹ ਗੁਰੂ ਗ੍ਰੰਥ ਸਾਹਿਬ ਦਾ ਦੋਸ਼ੀ ਹੈ, ਇਹ ਸਾਥ ਸੋਧਿਆਂ ਨੂੰ ਮਾਫੀ ਕਰਨ ਦੇ ਦੋਸ਼ੀ ਹੈ, ਇਹ ਬਰਗਾੜੀ ਕਾਰ ਦਾ ਦੋਸ਼ੀ ਹੈ, ਇਸ ਨੂੰ ਫੜ ਕੇ ਫਾਹੇ ਟੰਗੇ ਜਾਣਾ ਚਾਹੀਦਾ। ਸਾਡੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਹੋਰ ਸਿੱਖ ਜਿਹੜੀਆਂ ਸੰਸਥਾਵਾਂ ਆਈਆਂ ਨੇ, ਉਹਨਾਂ ਵੱਲੋਂ ਪੁਰਜ਼ੋਰ ਬਾਦਲ ਦਾ ਰਾਜਪੁਰੇ ਆਮਦ ਤੇ ਵਿਰੋਧ ਕੀਤਾ ਜਾਂਦਾ।